ਪੰਜਾਬ ਸਰਕਾਰ ਆਪਣਾ ਬਜਟ ਪੇਸ਼ ਕਰਦੀ ਹੈ ਔਰ ਬਜਟ ਬਣਾਉਣ ਵਾਸਤੇ ਮੈਨੂੰ ਇਹ ਲੱਗਦਾ ਵੀ ਸਰਕਾਰ ਨੂੰ ਆਪਦੀ ਪੂਰੀ ਸਰਕਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੋਈ ਐਫੀਸ਼ੀਐਂਟ ਪਰਸਨ ਹੀ ਨਹੀਂ ਮਿਲਿਆ ਜਿਹੜਾ ਕਿ ਬਜਟ ਤਿਆਰ ਕਰ ਸਕੇ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਇਹਨਾਂ ਨੂੰ ਬਿਹਾਰ ਤੋਂ ਕਾਲ ਕਰਨਾ ਪਿਆ ਕਿ ਇਹਨਾਂ ਦਾ ਬਜਟ ਆ ਕੇ ਤਿਆਰ ਕਰੇ ਔਰ ਦੂਸਰਾ ਸਰਕਾਰ ਬਹੁਤ ਵੱਡਾ ਦਾਅਵਾ ਕਰ ਰਹੀ ਹੈ ਕਿ ਅਸੀਂ ਪੰਜਾਬ ਦੀਆਂ ਔਰਤਾਂ ਲਈ ਅਸੀਂ ਲੇਡੀਜ਼ ਲਈ ਜਿਹੜਾ ਉਹਨਾਂ ਦਾ ਕਿਰਾਇਆ ਉਹਦੀ ਮਾਫੀ ਦੇ ਦਿੱਤੀ ਉਹ ਜੇ ਦਿੱਲੀ ਦੀ ਇਹਨਾਂ ਨੇ ਰੀਸ ਕਰਨੀ ਆ ਤਾਂ ਚੰਗੇ ਤਰੀਕੇ ਦੇ ਨਾਲ ਕਰ ਦਿੱਲੀ ਤੋਂ ਕੁਛ ਸਿੱਖ ਲੈਣ ਅਸੀਂ ਤਾਂ ਇਹ ਕਹਿੰਦੇ ਹਾਂ ਔਰ ਇਹ ਦੱਸਦੇ ਨੇ ਵੀ ਦੱਸੋ ਪੰਜਾਬ ਦੇ ਵਿੱਚ ਬੱਸਾਂ ਹੀ ਕਿੰਨੀਆਂ ਕਾ ਜਿਹੜੀਆਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਲੇਡੀਜ਼ ਦਾ ਜਿਹੜਾ ਕਿਰਾਇਆ ਮਾਫ਼ ਕਰ ਦਿੱਤਾ ਜੇ ਫਿਰ ਏ ਸੀ ਬੱਸਿਸ ਦਾ ਕਿਰਾਇਆ ਕਿਉਂ ਨਹੀਂ ਮਾਫ਼ ਕੀਤਾ ਮੈਂ ਪੁੱਛਣਾ ਚਾਹੁੰਦੀ ਹਾਂ ਸਰਕਾਰ ਤੋਂ ਬਈ ਬੱਸਾਂ ਸਾਰੀਆਂ ਤੁਸੀਂ ਖਾ ਗਏ ਟਰਾਂਸਪੋਰਟ ਸਾਰਾ ਤੁਸੀਂ ਖਤਮ ਕਰ ਦਿੱਤਾ ਔਰ ਇਸ ਪੰਜਾਬ ਵਰਗੀ ਸਟੇਟ ਦੇ ਉੱਤੇ ਸਪੈਸ਼ਲੀ ਸਾਡੀਆਂ ਉਸ ਔਰਤਾਂ ਲਈ ਮਾਵਾਂ ਲਈ ਇੱਕ ਕੋਝਾ ਮਜ਼ਾਕ ਜਿਹੜਾ ਸਰਕਾਰ ਕਰ ਰਹੀ ਆ ਸੋ ਸ਼ਰੇਆਮ ਸਰਕਾਰ ਟਰਾਂਸਪੋਰਟ ਨੂੰ ਲੈ ਕੇ ਮਾਈਨਿੰਗ ਨੂੰ ਲੈ ਕੇ ਮਾਫੀ ਨੂੰ ਲੈ ਕੇ ਜਿਹੜੀ ਧੜਾ ਧੜ ਲੁੱਟ ਮਚਾਈ ਹੋਈ ਆ ਕੋਈ ਕਿਰਾਇਆ ਮਾਫ਼ ਨਹੀਂ ਕੀਤਾ ਇੱਕ ਮੋਦੀ ਦੀ ਤਰ੍ਹਾਂ ਇੱਕ ਵੱਡਾ ਜੁਮਲਾ ਬਣਾ ਕੇ ਜਿਹੜਾ ਉਹ ਇੱਥੇ ਪੰਜਾਬ ਦੇ ਵਿੱਚ ਛੱਡਿਆ ਸਰਕਾਰ ਨੇ।